ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਜਲੰਧਰ ਪਹੁੰਚ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਸਮੇਤ ਅਕਾਲੀ ਦਲ ਤੇ ਨਿਸ਼ਾਨੇ ਸਾਧੇ ਨੇ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਐਲਾਨ ਕਰਨ ਦੇ ਨਾਲ ਕੁਝ ਨਹੀਂ ਬਣਦਾ ਬਲਕਿ ਵਾਅਦੇ ਪੂਰੇ ਕਰਨ ਦੇ ਨਾਲ ਮੁਸ਼ਕਲਾਂ ਹੱਲ ਹੁੰਦੀਆਂ ਨੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਕਿ ਜਿਸ ਦਿਨ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਚਾਰਜ ਲਿਆ ਉਹਦੇ ਦੂਸਰੇ ਦਿਨ ਅਸੀਂ ਤਮਾਮ ਪਿੰਡਾਂ ਦੇ ਪਾਣੀਆਂ ਦੇ ਬਿੱਲਾਂ ਨੂੰ ਮਾਫ਼ ਕੀਤਾ ਜਿੰਨੇ ਕੱਟੇ ਹੋਏ ਕਨੈਕਸ਼ਨ ਹੈ ਉਹਨਾਂ ਨੂੰ ਵੀ ਫੌਰੀ ਤੌਰ 'ਤੇ ਜੋੜਨ ਦਾ ਆਦੇਸ਼ ਜਾਰੀ ਕੀਤਾ ਦੂਸਰੀ ਕੈਬਨਿਟ ਦੇ ਵਿੱਚ ਅਸੀਂ ਫੈਸਲਾ ਕਰਤਾ ਵੀ ਬਿਜਲੀ ਦੇ 2 ਕਿਲੋਵਾਟ ਤੱਕ ਦੇ ਜਿੰਨੇ ਵੀ ਅੱਜ ਤੱਕ ਦੇ ਬਕਾਏ ਆ ਉਹ ਸਾਰੇ ਮਾਫ਼ ਕਰ ਦਿੱਤੇ ਗਏ ਕਿਸੇ ਨੂੰ ਬਿੱਲ ਬਿਜਲੀ ਦਾ ਬਕਾਇਆ ਦੇਣ ਦੀ ਲੋੜ ਨਹੀਂ ਔਰ ਅੱਗੇ ਤੋਂ 2 ਕਿਲੋਵਾਟ ਵਾਲਿਆਂ ਨੂੰ 300 ਜਿਹੜਾ ਯੂਨਿਟ ਹੈ ਬਿਜਲੀ ਉਹ ਵੀ ਮੁਫ਼ਤ ਕਰਨ ਜਾ ਰਹੇ ਹਾਂ ਔਰ ਕਿਉਂਕਿ ਮੈਂ ਇਹ ਗੱਲ ਕਹਿ ਰਿਹਾ ਕਿ ਵਿਰੋਧੀਆਂ ਦੇ ਕੋਲ ਹੁਣ ਕੋਈ ਸਲੋਗਨ ਨਹੀਂ ਉਹਨਾਂ ਦੇ ਕੋਲ ਇਹ ਸੀਗਾ ਕਿ ਕੋਈ ਕਹਿ ਰਿਹਾ ਸੀਗਾ ਬੀਜੇਪੀ ਵਾਲੇ ਕਿ ਦਲਿਤ ਮੁੱਖ ਮੰਤਰੀ ਬਣਾਵਾਂਗੇ ਅਸੀਂ ਅੱਗੇ ਵੀ ਗੱਲ ਕਹੀ ਬਈ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ 'ਚ ਇਹ ਬੀਜੇਪੀ ਦੀ ਸਰਕਾਰ ਆ ਅਤੇ ਕਿਉਂ ਨਹੀਂ ਕਿਸੇ ਸਟੇਟ ਦਾ ਮੁੱਖ ਮੰਤਰੀ ਅੱਜ ਬਣਾ ਲਿਆ ਜਾਂਦਾ ਔਰ ਇਹ ਸੁਖਬੀਰ ਬਾਦਲ ਜੀ ਕਹਿੰਦੇ ਕਿ ਅਸੀਂ ਡਿਪਟੀ ਸੀ ਐੱਮ ਬਣਾਉਣ ਜਾ ਰਹੇ ਹਾਂ ਔਰ ਅਸੀਂ ਹਿੰਦੂ ਨੂੰ ਵੀ ਡਿਪਟੀ ਸੀ ਐੱਮ ਬਣਾਵਾਂਗੇ ਭਾਈ ਤੁਸੀਂ 10 ਸਾਲ ਇੱਥੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹੀ ਹੈ ਬੀਜੇਪੀ ਵਾਲੇ ਤਾਂ ਵਿਚਾਰੇ ਡੰਡੇ ਖੜਕਾਉਂਦੇ ਰਹੇ ਔਰ ਤਰਲੇ ਮਾਰਦੇ ਰਹੇ ਕਿ ਸਾਡਾ ਡਿਪਟੀ ਸੀ ਐੱਮ ਬਣਾ ਦਿਉ ਲੇਕਿਨ ਉਹਨਾਂ ਨੇ ਕੋਈ ਬਣਾਇਆ ਔਰ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਹੈ ਬਈ 10 ਸਾਲ ਤੁਸੀਂ ਰਹੇ ਹੋ ਕੋਈ ਦਲਿਤ ਨੂੰ ਉਹ ਡਿਪਟੀ ਸੀ ਐੱਮ ਬਣਾ ਲੈਂਦੇ ਕੇਜਰੀਵਾਲ ਸਾਹਿਬ ਇੱਥੇ ਆ ਕੇ ਢੰਡੋਰਾ ਪਿੱਟਦੇ ਹੈ ਕਿ ਅਸੀਂ ਡਿਪਟੀ ਸੀ ਐੱਮ ਬਣਾਵਾਂਗੇ ਬਈ ਯੂਪੀ ਦੇ ਵਿੱਚ ਤੁਹਾਡੀ ਸਰਕਾਰ ਹੈ ਪਹਿਲ ਕਰ ਲਓ ਨਾ ਬਣਾ ਲਓ ਉੱਥੇ ਬਈ ਉੱਥੇ ਤਾਂ ਪੰਜਾਬੀਆਂ ਦੀ ਪਹਿਲੀ ਗੱਲ ਇਹ ਹੈ ਮੈਂ ਤੁਹਾਨੂੰ ਇਹ ਕਿਹਾ ਕਿ ਕੁਛ ਵਿਚਾਰਿਕ ਜਿਹੜੀਆਂ ਮਤਭੇਦ ਹੁੰਦੇ ਆ ਉਹ ਪਾਰਟੀ ਦੇ ਅੰਦਰ ਹੈਗੇ ਕੁਛ ਇਸ ਗੱਲ ਨੂੰ ਮੈਂ ਐਕਸੈਪਟ ਕਰਦਾ ਲੇਕਿਨ ਪਾਰਟੀ ਦੇ ਅੰਦਰ ਹੀ ਬੈਠ ਕੇ ਹੱਲ ਹੋਣੇ ਔਰ ਕੋਈ ਵੀ ਆਦਮੀ ਪਾਰਟੀ ਦੇ ਖਿਲਾਫ ਨਹੀਂ ਹੈ ਔਰ ਹਰ ਆਦਮੀ ਪਾਰਟੀ 'ਚ ਹੀ ਰਹਿਣਾ ਚਾਹੁੰਦਾ ਅਤੇ ਪਾਰਟੀ ਦੇ ਵਿੱਚ ਹੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਅਸੀਂ ਉਹਨਾਂ ਮਸਲਿਆਂ ਨੂੰ ਹੱਲ ਕਰ ਲਿਆ ਮੈਂ ਤੁਹਾਡੇ ਅੱਜ ਜਲੰਧਰ 'ਚ ਆ ਕੇ ਗੱਲ ਕਹਿ ਰਿਹਾ ਕਾਂਗਰਸ ਪਾਰਟੀ ਦਾ ਫੈਸਲਾ ਮੈਂ ਤੁਹਾਨੂੰ ਕਿਹਾ ਮਸਲਾ ਹੱਲ ਹੋ ਗਿਆ ਕਿਹਨੂੰ ਬਣਾਇਆ ਜਾ ਰਿਹਾ ਇੱਕ ਮਿੰਟ ਇੱਕ ਸਵਾਲ ਦਾ ਜਵਾਬ ਦੇਣਾ ਹਾਂਜੀ ਪਹਿਲੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਸਾਡਾ ਪ੍ਰਧਾਨ ਹੈ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ